ਦੱਸਦਾ ਜੀ ਜਿਹੜਾ ਇਹ ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੰਗਤਾਂ ਨੂੰ ਮਾਇਆ ਭੇਜਣ ਦੀ ਖੁੱਲ੍ਹ ਦਿੱਤੀ ਹੈ ਯਾਨੀ ਕਿ ਰਜਿਸਟ੍ਰੇਸ਼ਨ ਦਿੱਤਾ ਤੁਹਾਨੂੰ ਉਹਦੇ ਬਾਰੇ ਕੀ ਕਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ 1984 ਤੋਂ ਬਾਅਦ ਔਰ ਜਿਹੜਾ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਗੁਰੂ ਕੇ ਲੰਗਰ ਲਈ ਦਰਬਾਰ ਸਾਹਿਬ ਦੇ ਲਈ ਮਾਇਆ ਭੇਟਾਂ ਕਰਨੀਆਂ ਚਾਹੁੰਦੀਆਂ ਸਨ ਔਰ ਉਹਦੇ ਉੱਤੇ ਪਾਬੰਦੀ ਲੱਗ ਗਈ ਸੀ ਲੇਕਿਨ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤ ਸਰਕਾਰ ਦਾ FCRA ਐਕਟ 2010 ਤਹਿਤ ਦਰਬਾਰ ਸਾਹਿਬ ਲਈ ਰਜਿਸਟ੍ਰੇਸ਼ਨ ਪ੍ਰਾਪਤ ਹੋਈ ਹੈ ਕਿਉਂਕਿ ਹੁਣ ਬਾਹਰਲੇ ਦੇਸ਼ਾਂ ਦੀਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਲਈ ਤੇ ਹੋਰ ਕਾਰਜਾਂ ਦੇ ਲਈ ਜਿਹੜੀਆਂ ਹੁਣ ਮਾਇਆ ਭੇਜ ਸਕਣਗੀਆਂ ਇਸ ਦਾ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਔਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਯਤਨ ਸਦਕਾ ਸਾਨੂੰ ਇਹ ਜਿਹੜਾ FCRA ਐਕਟ ਦੇ ਤਹਿਤ ਬਾਹਰਲੀਆਂ ਸੰਗਤਾਂ ਦਾ ਮਾਇਆ ਭੇਜਣ ਦਾ ਔਰ ਇਹ ਪ੍ਰਾਪਤ ਹੋਇਆ ਕਿ ਹੁਣ ਸਾਰੀਆਂ ਸੰਗਤਾਂ ਜੋ ਵਿਦੇਸ਼ਾਂ ਵਿੱਚ ਬੈਠੀਆਂ ਨੇ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਜਿਹੜੀਆਂ ਸੰਗਤਾਂ ਲੰਗਰਾਂ ਦੇ ਲਈ ਜਾਂ ਹੋਰ ਕਾਰਜਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਮਾਇਆ ਭੇਜਣੀ ਚਾਹੁੰਦੀਆਂ ਹਨ ਉਹ ਹੁਣ ਭੇਜ ਸਕਦੀਆਂ ਨੇ ਕਿਉਂਕਿ ਸਾਡੀ ਵੈਬਸਾਈਟ ਤੇ ਇਹ ਖਾਤਾ ਜਿਹੜਾ ਹੈ ਇਹ ਉਪਲਬਧ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।